ਸਾਡੀ ਇੱਕ ਬੇਟੀ ਹੈ, ਬਸ ਉਹਦੇ ਵਾਸਤੇ ਹੀ ਸਾਰਾ ਕੁਝ ਕਰ ਰਿਹਾ ਸੀ। ਤੇ ਬਸ ਇਹ ਹੈ ਕਿ ਉਸ ਤਰੀਕੇ ਦਾ ਮਕਾਨ ਲੱਭਿਆ ਹੋਇਆ ਕਿ ਇਹਨੂੰ ਤਾਲੇ ਦੇ ਵਿੱਚ ਬੰਦ ਕਰਕੇ ਹੀ ਆਉਂਦੇ ਹਾਂ। ਕਈ ਹਫ਼ਤੇ 'ਚ ਕਦੀ ਵਾਰ ਹੁੰਦਾ ਕਿ ਇਹਨੂੰ ਨਾਲ ਲੈ ਆਉਂਦੇ ਹਾਂ ਬਸ ਜੀ। ਬਸ ਗਰਮੀ ਤਾਂ ਬਰਦਾਸ਼ਤ ਕਰਨੀ ਪੈਂਦੀ ਆ, ਜਦੋਂ ਕੋਈ ਕੰਮ ਕਰਨਾ ਹੈ ਤਾਂ ਗਰਮੀ ਤਾਂ ਬਰਦਾਸ਼ਤ ਕਰਨੀ ਕਰਨੀ। ਦਿੱਕਤਾਂ ਜੀ ਬਹੁਤ ਆਉਂਦੀਆਂ ਨੇ, ਦਿੱਕਤਾਂ ਇਸ ਪ੍ਰਕਾਰ ਹੀ ਨੇ ਕਿ ਬਸ ਸੜਕ ਦੇ ਕੰਢੇ ਬੈਠੇ ਹੋਏ ਆ, ਕਦੇ ਬੱਚੀ ਨਾਲ ਹੀ ਲੈਣੀ ਪੈਂਦੀ, ਘਰ ਛੱਡ ਨਹੀਂ ਸਕਦੇ। ਨਹੀਂ, ਘਰ ਛੱਡ ਕੇ ਆਉਂਦੇ ਹਾਂ, ਬਸ ਅੱਜ ਹੈ ਕਿ ਉਹਦਾ ਮਨ ਹੋਇਆ ਅਤੇ ਲੈ ਆ, ਨਹੀਂ ਤਾਂ ਉਹ ਤਾਲੇ ਦੇ ਵਿੱਚ ਬੰਦ ਹੀ ਰਹਿੰਦੀ ਹੈ ਜੀ ਘਰ। ਉਹ ਪਹਿਲਾਂ ਸਟਾਰਟ ਕੀਤਾ ਛੋਟਾ, ਕਿਉਂਕਿ ਇਹਨਾਂ ਦੀ ਨੌਕਰੀ ਛੁੱਟ ਗਈ ਸੀ, ਡਿਲੀਵਰੀ ਦਾ ਕੰਮ ਕਰਦੇ ਸੀ, ਉੱਥੇ ਪੈਸੇ ਡਿੱਗੇ ਸੀ, ਪਰਸ ਡਿੱਗ ਗਿਆ ਸੀ ਇਹਨਾਂ ਦਾ। ਸ਼ਕੋ ਇੱਕ ਵਾਰੀ ਸਵਾਦ ਪਹਿਲਾਂ ਖਾ ਕੇ ਦੇਖੋ, ਆ ਕੇ ਇੱਕ ਵਾਰੀ ਇੱਥੇ ਇੱਕ ਵਾਰੀ ਆਓ ਜੀ। ਕੁਆਲਿਟੀ ਕੁਆਂਟਿਟੀ ਦੀ ਸਾਫ਼ ਸਫਾਈ ਦਾ ਪਿਆਰ ਬਣਿਆ ਰਹੂਗਾ ਅਤੇ ਸਾਡੇ ਕੋਲ ਬਸ ਸਾਡਾ ਸਾਥ ਐਵੇਂ ਦਿੰਦੇ ਰਹੋ ਜੀ। ਬਹੁਤ ਤਸੱਲੀ ਮਿਲਦੀ ਆਪਣੇ ਕੰਮ 'ਤੇ, ਬਹੁਤ ਤਸੱਲੀ। ਅਗਰ ਆਪਾਂ ਕਿਸੇ ਦੀ ਨੌਕਰੀ ਵੀ ਕਰਦੇ ਹਾਂ ਨਾ, ਅਤੇ ਉਹ ਆਪਾਂ ਨੂੰ ਜਰਾ ਜੀ ਗਲਤੀ 'ਚ ਐਵੇਂ ਟ੍ਰੀਟ ਕਰੇਗਾ ਜਿਵੇਂ ਕਿ ਆਪਾਂ ਸਭ ਤੋਂ ਜ਼ਿਆਦਾ ਗਲਤ ਹੈਗੇ ਹਾਂ। ਕੰਮ ਇਹੋ ਹੀ ਰਹੇਗਾ ਫਿਰ? ਕੰਮ ਇਹੀ ਰਹੂਗਾ ਜੀ, ਕੰਮ ਇਹੀ ਕਰਨਾ ਜੀ, ਕੰਮ ਇਹੀ ਰਹਿਣਾ ਬਸ। ਚਸਕਾ ਦੀ ਪਾਤ ਆ ਸ਼ਰਦਾਈ ਦਾ, ਸਾਰਿਆਂ ਨੂੰ ਲੋਕਾਂ ਨੇ ਲੱਭਣਾ ਤੁਹਾਨੂੰ ਕਿਤੇ ਜੀ। ਬਿਲਕੁਲ, ਮੈਂ ਕਹਿੰਦਾ ਸੰਗਤ ਬੜੀ ਮਤਲਬ ਪਿਆਰ ਕਰ ਬਖਸ਼ਦੀ ਹੈ, ਮੇਰੇ ਡੇਲੀ ਕਸਟਮਰ ਬਣੇ ਹੋਏ ਨੇ ਕਿ ਜੋ ਪੀਂਦੇ ਨੇ ਮੇਰੇ ਕੋਲ ਹੀ ਆ ਕੇ ਪੀਂਦੇ ਨੇ ਜੀ। ਵਾਹਿਗੁਰੂ ਜੀ ਦਾ ਖਾਲਸਾ ਅਤੇ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਸਤਿ ਸੰਗਤ ਜੀ, ਗੁਰੂ ਸਾਹਿਬ ਇੱਕ ਸੁਨੇਹਾ ਦੇ ਗਏ ਨੇ, ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ। ਇਹ ਸੁਨੇਹਾ ਅੱਜ ਤੱਕ ਹਰ ਇੱਕ ਦੇ ਦਿਲ ਦੇ ਵਿੱਚ ਜ਼ਰੂਰ ਜ਼ਿੰਦਾ ਹੈ। ਉਹਦੀ ਇੱਕ ਮੂੰਹਾਂ ਬੋਲ ਦੀ ਤਸਵੀਰ ਜਿਹੜੀ ਆ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ। ਗੁਰਦੁਆਰਾ ਸ਼ਹੀਦਗੰਜ ਦੇ ਬਿਲਕੁਲ ਲਾਗੇ ਇੱਕ ਨਿੱਕਾ ਜਿੰਨਾ ਪਰਿਵਾਰ ਹੈ, ਪਤੀ ਪਤਨੀ ਇੱਕ ਅਤੇ ਉਹਨਾਂ ਦੀ ਇੱਕ ਛੋਟੀ ਬੇਟੀ ਆ। ਛੋਟਾ ਜਿੰਨਾ ਸੈਟਅਪ ਲਗਾਇਆ ਉਹਨਾਂ ਨੇ ਤਾਂ ਜੋ ਕਿਰਤ ਕਰ ਸਕੀਏ, ਤਾਂ ਇੱਕ ਸੈਟਅਪ ਲਗਾਇਆ ਤਾਂ ਇਹ ਕਿਤੇ ਨਾ ਕਿਤੇ ਸੁਨੇਹਾ ਜ਼ਰੂਰ ਦਿੰਦੇ ਨੇ ਕਿ ਜੇਕਰ ਅਸੀਂ ਮਿਹਨਤ ਕਰਦੇ ਹਾਂ ਤਾਂ ਮਿਹਨਤ ਕਰਨ ਤੋਂ ਬਾਅਦ ਪਰਮਾਤਮਾ ਜ਼ਰੂਰ ਸੁਣਦਾ। ਇਹ ਭੈਣ ਹੈ, ਇਹਨਾਂ ਨੇ ਲਗਾਇਆ ਖਾਣ ਪੀਣ ਦਾ ਸਮਾਨ ਲਗਾਇਆ, ਅਤੇ ਪਿੱਛੇ ਜਿਹੜਾ ਵੀਰ ਸਾਡਾ ਉਹ ਸ਼ਰਦਾਈ ਦਾ ਘੋਟਾ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇਹ ਵੀ ਇੱਕ ਤੰਦਰੁਸਤੀ ਦਾ ਰਾਜ ਹੈ, ਜਿਹੜੀ ਸ਼ਰਦਾਈ ਹੈ ਤਾਂ ਤੰਦਰੁਸਤੀ ਦਾ ਰਾਜ ਹੈ। ਸ਼ਾਇਦ ਪਹਿਲੇ ਜ਼ਮਾਨਿਆਂ ਵਿੱਚ ਜ਼ਿਆਦਾ ਇਹੋ ਕੁਝ ਚੱਲਦਾ ਸੀ, ਪਰ ਅੱਜ ਕਿਤੇ ਨਾ ਕਿਤੇ ਭੁੱਲਦੇ ਜਾਂਦੇ ਨੇ ਲੋਕ। ਅੱਜ ਕੋਲਡ ਡਰਿੰਕ ਵੱਲ ਜ਼ਿਆਦਾ ਧਿਆਨ ਜਾਂਦਾ, ਪਰ ਜਦੋਂ ਇਹ ਅਸੀਂ ਛਕਦੇ ਹਾਂ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਵਾਕਿਆ ਹੀ ਸਾਡੇ ਸਰੀਰ ਨੂੰ ਇਸ ਚੀਜ਼ ਦੀ ਜ਼ਰੂਰਤ ਸੀ। ਭੈਣ ਦੇ ਨਾਲ ਗੱਲਬਾਤ ਸਭ ਤੋਂ ਪਹਿਲੇ ਕਰਦੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ, ਛੋਟਾ ਜਿਹਾ ਸੈਟਅਪ ਲਗਾਇਆ, ਕੀ ਬਣਾਉਂਦੇ ਹੋ, ਕੀ ਲਾਉਂਦੇ? ਅਸੀਂ ਤੁਸੀਂ ਮਨਚੂਰੀਅਨ ਤਾਂ ਬਹੁਤ ਖਾਧੇ ਹੋਣਗੇ, ਪਰ ਤੁਹਾਨੂੰ ਅੱਜ ਆਪਾਂ ਮਨਚੂਰੀਅਨ ਵਾਲੇ ਛੋਲੇ। ਮਨਚੂਰੀਅਨ ਵਾਲੇ ਛੋਲੇ ਨੇ? ਹਾਂਜੀ ਹਾਂਜੀ, ਇਹ ਮਨਚੂਰੀਅਨ ਵਾਲੇ ਛੋਲੇ ਨੇ, ਸਪੈਸ਼ਲ ਡਿਸ਼ ਆਪਣੀ ਆਈ ਹੈ ਮਨਚੂਰੀਅਨ ਵਾਲੇ ਛੋਲੇ। ਨਾ ਇਹ 'ਚ ਕੋਈ ਸੋਡਾ, ਨਾ ਕੋਈ ਕੈਮੀਕਲ, ਨਾ ਸੌਸਿਸ ਵਗੈਰਾ, ਕੁਛ ਨਹੀਂ ਹੈਗੀ ਆ। ਘਰ ਦੀ ਸ਼ੁੱਧ ਬਣੇ ਮਨਚੂਰੀਅਨ ਵਾਲੇ ਛੋਲੇ ਨੇ। ਹੋਰ ਕੀ ਲਾਉਂਦੇ? ਹੋਰ ਆਪਣੇ ਕੋਲ ਹੈਗਾ ਰਾਜਮਾ, ਹੋਰ ਆਪਣੇ ਕੋਲ ਹੈਗਾ ਮਸਾਲੇ ਵਾਲਾ ਰਾਜਮਾ। ਹਾਂਜੀ, ਤੇ ਨਾਲ ਚੌਲ ਤੇ ਨਾਲ ਫੁਲਕੇ? ਨਾਲ ਚੌਲ, ਤੇ ਸਾਡੇ ਚੌਲ ਦੀ ਕੁਆਲਿਟੀ ਦੇਖ ਲਓ ਪਹਿਲਾਂ, ਆ ਵੀ ਦੇਖੋ ਅਸੀਂ ਵਧੀਆ ਰੱਖਦੇ ਹਾਂ। ਤੇ ਨਾਲ ਆਪਣੇ ਧਨੀਏ ਪੁਦੀਨੇ ਦੀ ਚਟਨੀ ਵੀ ਫਰੈਸ਼ ਇਕਦਮ ਘਰ ਦੀ ਬਣੀ, ਸਾਰਾ ਕੁਝ ਘਰ ਦਾ ਹੀ ਸਵਾਦ ਹੈ ਸਾਰਾ। ਹਾਂਜੀ, ਪੂਰਾ ਇਕਦਮ ਘਰ ਦਾ, ਤੇ ਨਾਲ ਖੀਰੇ ਤੇ ਨਾਲ ਗੰਡੇ ਵੀ ਇਕਦਮ ਫਰੈਸ਼ ਕੱਟ ਕੇ ਤੁਰੰਤ ਦੇਈਦੇ ਨੇ। ਹਾਂਜੀ। ਅੱਛਾ ਭੈਣ, ਮੈਨੂੰ ਇਹ ਦੱਸੋ, ਇਸ ਤੋਂ ਪਹਿਲਾਂ ਅਸੀਂ ਕੀ ਕਰਦੇ? ਇਸ ਤੋਂ ਪਹਿਲਾਂ ਆਪਾਂ ਸ਼ਰਦਾਈ ਵਾਲਾ ਕੰਮ ਕਰਦੇ ਸੀ ਇਕੱਠੇ ਮਿਲ ਕੇ। ਹਾਂਜੀ ਹਾਂਜੀ, ਉਹ ਪਹਿਲਾਂ ਸਟਾਰਟ ਕੀਤਾ ਛੋਟਾ, ਕਿਉਂਕਿ ਇਹਨਾਂ ਦੀ ਨੌਕਰੀ ਛੁੱਟ ਗਈ ਸੀ, ਡਿਲੀਵਰੀ ਦਾ ਕੰਮ ਕਰਦੇ ਸੀ, ਉੱਥੇ ਪੈਸੇ ਡਿੱਗੇ ਸੀ, ਪਰਸ ਡਿੱਗ ਗਿਆ ਸੀ ਇਹਨਾਂ ਦਾ,
ਤੇ ਥੋੜੀ ਜੀ ਪ੍ਰੋਬਲਮ ਹੋ ਗਈ ਜੋ ਥੋੜੀ ਜੀ ਸੇਵਿੰਗ ਕੀਤੀ ਹੋਈ ਸੀ ਉਹਦਾ, ਫਿਰ ਆਪਾਂ ਸ਼ਰਦਾਈ ਵਾਲਾ ਸੈਟਅਪ ਚਾਲੂ ਕੀਤਾ ਉਹਦੇ ਨਾਲ, ਫਿਰ ਥੋੜੀ ਜੀ ਸੇਵਿੰਗ ਜੋੜ ਕੇ ਫਿਰ ਆਹ ਵਾਲਾ ਕੰਮ ਚਾਲੂ ਕੀਤਾ। ਹਾਂਜੀ, ਉਮੀਦ ਕੀ ਰੱਖਦੇ ਸੰਗਤ ਤੋਂ? ਉਮੀਦ ਬਸ ਆਹੀ ਹੈ ਕਿ ਆਓ ਛਕੋ ਇੱਕ ਵਾਰੀ, ਸਵਾਦ ਪਹਿਲਾਂ ਖਾ ਕੇ ਦੇਖੋ ਆ ਕੇ ਇੱਕ ਵਾਰੀ, ਇੱਥੇ ਇੱਕ ਵਾਰੀ ਆਓ ਜ਼ਰੂਰ। ਅੱਛਾ, ਸੜਕ ਦੇ ਕੰਢੇ 'ਤੇ ਲਗਾਇਆ ਤਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਸੜਕ ਦੇ ਉੱਤੇ ਕੋਈ ਖਾਸ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਹੈਗੇ, ਇੱਕ ਵਰਿਕਸ਼ ਦੀ ਛਾਂ ਦੇ ਉੱਤੇ ਬੈਠੇ ਜੇ ਤਾਂ ਧੁੱਪ ਵੀ ਪੈਣੀ ਹੈ, ਗਰਮੀ ਹੱਥ ਦੀ ਪੈਂਦੀ, ਬਸ ਗਰਮੀ ਤਾਂ ਬਰਦਾਸ਼ਤ ਕਰਨੀ ਪੈਂਦੀ ਆ, ਜਦੋਂ ਕੋਈ ਕੰਮ ਕਰਨਾ ਤਾਂ ਗਰਮੀ ਤਾਂ ਬਰਦਾਸ਼ਤ ਕਰਨੀ ਕਰਨੀ। ਕਿੰਨੇ ਬੱਚੇ ਭੈਣੇ? ਇੱਕੋ ਬੇਟੀ? ਹਾਂਜੀ, ਇੱਕ ਸਾਡੀ ਇੱਕ ਬੇਟੀ ਹੈ, ਬਸ ਉਹਦੇ ਵਾਸਤੇ ਹੀ ਸਾਰਾ ਕੁਝ ਕਰ ਰਿਹਾ ਅਸੀਂ। ਦਿਲ ਨੂੰ ਤਸੱਲੀ ਮਿਲਦੀ ਹੈ ਕਿ ਅਸੀਂ ਮਿਹਨਤ ਕਰਦੇ ਪਏ ਹਾਂ, ਜਿਹੜੀ ਕਰਨਾ ਬਣਦਾ ਵੀ ਹੈ, ਦਿਲ ਨੂੰ ਤਸੱਲੀ ਮਿਲਦੀ? ਬਹੁਤ ਤਸੱਲੀ ਮਿਲਦੀ ਆਪਣੇ ਕੰਮ 'ਤੇ, ਬਹੁਤ ਤਸੱਲੀ। ਅਗਰ ਆਪਾਂ ਕਿਸੇ ਦੀ ਨੌਕਰੀ ਵੀ ਕਰਦੇ ਹਾਂ ਨਾ, ਅਤੇ ਉਹ ਆਪਾਂ ਨੂੰ ਜਰਾ ਜੀ ਗਲਤੀ 'ਚ ਐਵੇਂ ਟ੍ਰੀਟ ਕਰੇਗਾ ਜਿਵੇਂ ਕਿ ਆਪਾਂ ਸਭ ਤੋਂ ਜ਼ਿਆਦਾ ਗਲਤ ਹੈਗੇ ਹਾਂ, ਅਤੇ ਆਪਣਾ ਕੰਮ ਹੈ, ਕੋਈ ਰੋਕ ਨਹੀਂ, ਕੋਈ ਟੋਕ ਨਹੀਂ, ਆਪਾਂ ਆਪਣਾ ਆਪਣੀ ਕਿਰਤ ਕਰ ਰਹੇ ਹਾਂ, ਅਤੇ ਉਹ 'ਚ ਬਹੁਤ ਸਕੂਨ ਹੁੰਦਾ। ਸਕੂਨ ਮਿਲਦਾ? ਹਾਂਜੀ, ਬਹੁਤ ਸਕੂਨ ਮਿਲਦਾ। ਤੁਸੀਂ ਇਹ ਖਾਣ ਪੀਣ ਦਾ ਸਮਾਨ ਬਣਾਉਂਦੇ ਜੀ ਅਤੇ ਵੀਰ ਹੋਣੇ ਸ਼ਰਦਾਈ ਦਾ ਬਣਾਉਂਦੇ? ਹਾਂਜੀ। ਤੁਸੀਂ ਵੈਸੇ ਘੋਟਾ ਲਾ ਲੈਂਦੇ? ਹਾਂਜੀ। ਹਾਂਜੀ, ਇਹ ਇੱਕ ਪਿਆਰ ਹੁੰਦਾ ਪਤੀ ਪਤਨੀ ਦਾ, ਜਿਹੜੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ। ਐਵੇਂ ਨਹੀਂ ਕਹਿੰਦੇ ਕਿ ਗੱਡੀ ਦੇ ਦੋ ਪਹੀਏ ਤਾਂ ਜ਼ਰੂਰ ਆ, ਦੋ ਪਹੀਏ ਨਾਲ ਗੱਡੀ ਚੱਲਦੀ, ਇੱਕ ਪਹੀਏ ਨਾਲ ਕਦੀ ਗੱਡੀ ਨਹੀਂ ਚੱਲਦੀ, ਤਾਂ ਇਹ ਦੋਨੇ ਪਹੀਏ ਜਿਹੜੇ ਨੇ ਅਸੀਂ ਕਹਿ ਸਕਦੇ ਕਿ ਕਿਰਤ ਕਰਦੇ ਹੋਏ ਨਜ਼ਰ ਆਉਂਦੇ ਪਏ ਨੇ। ਇੱਕ ਛੋਟੀ ਬੱਚੀ ਹੈ ਤਾਂ ਉਹਨਾਂ ਉਹਦਾ ਪਾਲਣ ਪੋਸ਼ਣ ਕਰਨਾ, ਤਾਂ ਆਪਣੇ ਪੇਟ ਦੀ ਅੱਗ ਵੀ ਬੁਝਾਉਣੀ ਆ। ਤਾਂ ਲੋਕ ਬੜੇ ਬੜੇ ਵੱਖ ਵੱਖ ਤਰੀਕੇ ਦੇ ਰਸਤੇ ਲੱਭ ਲੈਂਦੇ ਨੇ ਕਿ ਅਸੀਂ ਪੈਸਾ ਕਿੱਥੋਂ ਕਮਾਉਣਾ, ਅਸੀਂ ਆਪਣੀ ਭੁੱਖ ਕਿੱਥੋਂ ਮਿਟਾਉਣੀ ਆ, ਬੜੇ ਪੁੱਠੇ ਰਸਤੇ ਲੱਭ ਲੈਂਦੇ ਆ। ਪਰ ਇਹ ਵੀ ਇੱਕ ਰਸਤਾ ਹੈ, ਜਦੋਂ ਅਸੀਂ ਮਿਹਨਤ ਕਰਾਂਗੇ ਤਾਂ ਵਾਹਿਗੁਰੂ ਵੀ ਪੂਰਾ ਸਾਥ ਦੇਗਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ, ਸ਼੍ਰੀ ਵਾਹਿਗੁਰੂ ਫਤਿਹ ਜੀ। ਨਾਮ ਕੀ ਤੁਹਾਡਾ? ਜੀ, ਮੇਰਾ ਨਾਮ ਜੀ ਮਨਪ੍ਰੀਤ ਸਿੰਘ ਹੈਗਾ ਜੀ। ਇਹ ਸ਼ਰਦਾਈ ਦਾ ਘੋਟਾ ਲਾਉਂਦੇ ਪਏ ਹੋ, ਕੀ ਕੀ ਪਾਉਂਦੇ ਇੱਥੇ? ਵੀਰ ਜੀ, ਆਪਣੀ 10-12 ਸਮੱਗਰੀ ਪੈਂਦੀ ਹੈ ਜੀ, ਕਾਲੀ ਮਿਰਚ, ਗੁਲਾਬ ਦੀ ਪੱਤੀਆਂ, ਸੌਂਫ, ਸਫੇਦ ਮੁਸਲੀ, ਖਸਖਾਸ, ਚਾਰੋ ਮਗਜ, ਦੋ ਤਰੀਕੇ ਦੇ ਬਦਾਮ ਪੈਂਦੇ ਜੀ, ਇੱਥੇ ਕਾਜੂ ਪੈਂਦੇ ਜੀ, ਹਰੀ ਇਲਾਚੀ ਪੈਂਦੀ। ਸਾਰੀ ਸਮੱਗਰੀ ਆਪਾਂ A1 ਯੂਜ਼ ਕਰੀਦੀ ਹੈ, ਲੋ ਕੁਆਲਿਟੀ, ਤੁਹਾਨੂੰ ਪਤਾ ਅੱਜ ਕੱਲ੍ਹ ਹਰ ਚੀਜ਼ ਦੀ ਕਾਪੀ ਹੁੰਦੀ ਹੈ, ਹਰ ਚੀਜ਼ ਦੀ ਕਾਪੀ ਹੁੰਦੀ ਹੈ, ਪਰ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਆਪਾਂ ਵੱਧ ਤੋਂ ਵਧੀਆ ਚੀਜ਼ ਆਪਾਂ ਲੈ ਕੇ ਆਈਏ ਅਤੇ ਲੋਕਾਂ ਨੂੰ ਛਕਾਈਏ ਜੀ। ਅੱਛਾ, ਇਹਦਾ ਬੈਨੀਫਿਟ ਕੀ ਹੈਗਾ ਵਾ ਸ਼ਰਦਾਈ ਦਾ, ਇੱਕ ਵਾਰੀ ਸਮਝਾਓ। ਇਹਦਾ ਬੈਨੀਫਿਟ ਜੀ ਇਹ ਹੈਗਾ ਕਿ ਇਹ ਇੱਕ ਤਾਂ ਸਾਡੇ ਸਰੀਰ 'ਚ ਐਨਰਜੀ ਦਾ ਕੰਮ ਕਰਦੀ ਹੈ, ਇੰਸਟੈਂਟ ਐਨਰਜੀ ਦਾ, ਜੋ ਆਪਾਂ ਹੋਰ ਡਰਿੰਕ ਪੀਂਦੇ ਹਾਂ, ਸੋਡਾ ਪੀਂਦੇ ਹਾਂ, ਆਪਾਂ ਨੇਰਾ ਸ਼ੂਗਰ ਪੀਂਦੇ ਹਾਂ, ਇੰਸਟੈਂਟ ਡਰਿੰਕ, ਇਹ ਇੰਸਟੈਂਟ ਡਰਿੰਕ ਦਾ ਕੰਮ ਕਰਦੀ, ਨਾਲੇ ਆਪਣੇ ਸਰੀਰ ਵਾਸਤੇ, ਢਿੱਡ ਵਾਸਤੇ, ਜੋੜਿਆਂ ਦਰਦ ਵਾਸਤੇ, ਹੋਰ ਅਨੇਕਾਂ ਪ੍ਰਕਾਰ ਦੇ ਬੜੇ ਫਾਇਦੇ ਕਰਦੀ ਆਪਣੇ ਨੂੰ। ਇਹ ਇੱਕ ਤਰੀਕੇ ਦਵਾਈ ਹੈਗੀ ਆਯੁਰਵੈਦਿਕ। ਗਰਮ ਹੁੰਦੀਆਂ ਸਾਰੀ ਚੀਜ਼ਾਂ? ਨਹੀਂ ਜੀ, ਜਦੋਂ ਇਹ ਚੀਜ਼ਾਂ ਗਰਮ ਹੁੰਦੀਆਂ ਨੇ, ਪਰ ਜਦੋਂ ਇਹਦੀ ਪਿਸਾਈ ਹੁੰਦੀ ਨਿੰਮ ਦੇ ਡੰਡੇ ਨਾਲ, ਨਿੰਮ ਦੇ ਸਰੋਤਰ ਨਾਲ, ਜਦੋਂ ਇਹਦੀ ਪਿਸਾਈ ਹੁੰਦੀ ਹੈ ਸੁਨਹਿਰੇ ਵਿੱਚ, ਇਹਦੀ ਤਸੀਰ ਠੰਡੀ ਹੋ ਜਾਂਦੀ ਹੈ ਜੀ, ਮਿੱਟੀ 'ਚ ਘੋਟਾ ਲੱਗਦਾ ਵਾ ਅਤੇ ਉਹ ਠੰਡਾ ਹੋ ਜਾਂਦਾ। ਹਾਂਜੀ ਹਾਂਜੀ, ਉਹ ਤੋਂ ਬਾਅਦ ਦੁੱਧ ਪੈਂਦਾ, ਦੇਸੀ ਸ਼ੱਕਰ ਪੈਂਦੀ ਇਹ 'ਚ, ਆਪਾਂ ਕੋਈ ਖੰਡ ਮਿਸ਼ਰੀ ਯੂਜ਼ ਨਹੀਂ ਕਰਦੇ, ਆਪਾਂ ਇਹ 'ਚ ਦੇਸੀ ਸ਼ੱਕਰ ਆਪਣੀ ਪਿਸਵਾ ਕੇ ਲੈ ਕੇ ਆਉਂਦੇ ਹਾਂ, ਦੇਸੀ, ਨਾ ਕੋਈ ਕਿਰਕਰੀ ਮਿਲੂਗੀ, ਵਧੀਆ ਸ਼ੱਕਰ ਇੱਕਦਮ ਜੈਨੂਅਨ ਉਹ ਲੈ ਕੇ ਆਉਂਦੇ ਹਾਂ। 70-80 ਰੁਪਏ ਕਿਲੋ ਸ਼ੱਕਰ ਮਿਲਦੀ ਸਾਡੀ ਉਹ 1 ਕਿਲੋ, ਅਤੇ 1 ਰਗੜੇ 2.5-3 ਕਿਲੋ ਸ਼ੱਕਰ ਪੈਂਦੀ ਹੈ, ਅਤੇ ਉਹ ਵੀ ਮਤਲਬ ਸ਼ੂਗਰ ਫਰੀ ਹੁੰਦੀ ਹੈ ਇੱਕਦਮ, ਕੋਈ ਸ਼ੂਗਰ ਵਾਲਾ ਬੰਦਾ ਵੀ ਸਾਡੇ ਕੋਲ ਪੀ ਸਕਦਾ। ਵੀਰ ਜੀ, ਦਿੱਕਤਾਂ ਆਉਂਦੀਆਂ ਕੋਈ? ਦਿੱਕਤਾਂ ਜੀ ਬਹੁਤ ਆਉਂਦੀਆਂ ਨੇ, ਦਿੱਕਤਾਂ ਇਸ ਪ੍ਰਕਾਰ ਹੀ ਨੇ ਕਿ ਬਸ ਸੜਕ ਦੇ ਕੰਢੇ ਬੈਠੇ ਹੋਏ ਹਾਂ, ਕਦੇ ਬੱਚੀ ਨਾਲ ਹੀ ਲਿਆਉਣੀ ਪੈਂਦੀ, ਘਰ ਛੱਡ ਨਹੀਂ ਸਕਦੇ? ਨਹੀਂ, ਘਰ ਛੱਡ ਕੇ ਆਉਂਦੇ ਹਾਂ, ਬਸ ਅੱਜ ਹੈ ਕਿ ਉਹਦਾ ਮਨ ਹੋਇਆ ਅਤੇ ਲੈ ਆਇਆ, ਨਹੀਂ ਤਾਂ ਉਹ ਤਾਲੇ ਦੇ ਵਿੱਚ ਬੰਦ ਹੀ ਰਹਿੰਦੀ ਹੈ ਜੀ ਘਰ। ਹਾਂਜੀ, ਸਾਡੇ 5 ਸਾਲ ਦੀ ਹੈਗੀ ਆ, ਘਰੇ ਕੋਈ ਹੋਰ ਹੈ ਨਹੀਂ ਗਾ, ਆਪਾਂ 3 ਛੋਟਾ ਜਿਹਾ ਪਰਿਵਾਰ ਹੈ ਸਾਡਾ, ਰੈਂਟ 'ਤੇ ਮੈਂ ਰਹਿੰਦਾ ਬਾਬਾ ਜੀ, ਅਤੇ ਕਿ ਮਾੜੇ ਮੈਂ ਉਹਨਾਂ ਰੈਂਟ ਮੇਰਾ 5,000 ਰੁਪਏ ਕਿਰਾਇਆ ਹੈਗਾ ਜੇ, ਅਤੇ ਬਸ ਇਹ ਹੈ ਕਿ ਉਸ ਤਰੀਕੇ ਦਾ ਮਕਾਨ ਲੱਭਿਆ ਹੋਇਆ ਕਿ ਇਹਨੂੰ ਤਾਲੇ ਦੇ ਵਿੱਚ ਬੰਦ ਕਰਕੇ ਹੀ ਆਉਂਦੇ ਹਾਂ, ਕਈ ਹਫ਼ਤੇ 'ਚ ਇੱਕ ਅੱਧੀ ਵਾਰ ਹੁੰਦਾ ਕਿ ਇਹਨੂੰ ਨਾਲ ਲੈ ਆਉਂਦੇ ਹਾਂ ਬਸ ਜੀ।
ਹਾਂਜੀ ਹਾਂਜੀ ਫਿਰ ਵਾਰ ਵਾਰ ਖਿਆਲ ਰੱਖਣ ਵਾਸਤੇ ਜਾਂਦੇ ਹੋ ਜੀ? ਹਰ 5 ਮਿੰਟ ਬਾਅਦ ਮਾਂ ਵੀ ਫੋਨ ਕਰਦੀ, ਮੈਂ ਵੀ ਕਰਦਾ ਜੀ, ਤੇ ਹਰ ਘੰਟੇ ਬਾਅਦ ਅੱਧੇ ਘੰਟੇ ਬਾਅਦ ਇਹਨੂੰ ਦੇਖਣ ਜਾਣਾ ਪੈਂਦਾ ਹੈ। 2 ਘੰਟੇ ਬਾਅਦ ਮੈਂ ਗੇੜਾ ਲਾ ਕੇ ਉਹਨਾਂ ਕੋਈ ਚੀਜ਼ ਦੇ ਬਿਸਕੁਟ ਦਿਆ, ਕੋਲਡ ਡਰਿੰਕ, ਨਮਕੀਨ, ਬਿਸਕੁਟ, ਜੋ ਵੀ ਫਰੂਟੀ ਫਰਾਟੀ ਹੁੰਦੀ ਆ ਤੇ ਉਹਨੂੰ ਮੈਂ ਦੇ ਉਹਨਾਂ ਤੇ ਖੁਸ਼ ਰਹਿੰਦੀ ਆ। ਉਹ ਵੀ ਸਮਝਦੀ ਮਾਂ ਪਿਓ ਦਾ ਦਰਦ ਕਿ ਮਾਂ ਪਿਓ ਬੈਠੇ ਹੋਏ ਨੇ ਗਰਮੀ 'ਚ ਤੇ ਕੁਛ ਸੋਚ ਸਮਝ ਕੇ ਬੈਠੇ ਹੋਏ ਨੇ ਮੇਰੇ ਵਾਸਤੇ ਕਰ ਰਹੇ ਨੇ, ਆਸ ਹੈਗੀ ਉਹਨੂੰ ਵੀ ਸਾਡੇ ਤੋਂ। ਤੇ ਬੜਾ ਚੰਗਾ ਫਰਜ਼ ਨਿਭਾ ਰਹੇ ਨੇ, ਇਹ ਪਿਤਾ ਦਾ ਫਰਜ਼ ਨਿਭਾ ਰਹੇ ਆ, ਪਤੀ ਦਾ ਫਰਜ਼ ਨਿਭਾ ਰਹੇ ਆ, ਮਾਂ ਬੱਚੇ ਦਾ ਆਪਣੀ ਮਾਂ ਦਾ ਫਰਜ਼ ਨਿਭਾਉਂਦੀ ਪਈ ਹੈ, ਘਰ ਵਾਲੇ ਵਾਸਤੇ ਆਪਣੇ ਪ੍ਰਤੀ ਜਿਹੜਾ ਵਾ ਕਿਤਨਾ ਕਿਤੇ ਮਿਹਨਤ ਕਰਦੀ ਪਈ ਹੈ। ਤਾਂ ਬੱਚੀ ਦੀ ਪਾਲਣ ਪੋਸ਼ਣ ਵਾਸਤੇ ਦੇਖੋ ਕਿਸ ਤਰੀਕੇ ਦੇ ਨਾਲ ਪੱਥਰ ਦਾ ਜਿਗਰਾ ਰੱਖਣਾ ਪੈਂਦਾ ਕਿ ਬੱਚੀ ਨੂੰ ਜੇ ਅਸੀਂ ਧੁੱਪ ਦੇ ਵਿੱਚ ਲੈ ਕੇ ਆ ਜਾਈਏ ਤਾਂ ਵੀ ਪੱਥਰ ਦਾ ਜਿਗਰਾ ਚਾਹੀਦਾ, ਤੇ ਜਦੋਂ ਘਰ ਛੱਡ ਆਈਏ ਤਾਂ ਫਿਰ ਵੀ ਕਿਤੇ ਨਾ ਕਿਤੇ ਟੈਨਸ਼ਨ ਰਹਿੰਦੀ ਕਿ ਬੱਚੇ ਕਿਹੜੇ ਹਾਲਾਤ 'ਚ। ਸਾਨੂੰ ਦੋਨੋਂ ਤਰਫ ਦਿੱਕਤ ਸਾਹਮਣਾ, ਇੱਥੇ ਲੈ ਕੇ ਆਇਆ ਗਰਮੀ ਹੈਗੀ ਆ, ਹਾਲਾਂਕਿ ਸਾਨੂੰ ਬੱਤੀ ਮਾੜੀ ਮੋਟੀ ਸਾਨੂੰ ਦਿੱਤੀ ਹੋਈ ਆ, ਆਂਢੀ ਗੁਆਂਢੀ ਦਿੱਤੀ ਹੋਈ ਆ ਬੱਤੀ, ਬੱਚੇ ਕਰਕੇ ਉਹ ਵੇਖਦੇ ਨੇ ਕਿਰਤ ਕਰ ਰਹੇ ਨੇ, ਬੈਠੇ ਹੋਏ ਨੇ ਤੇ ਕੋਈ ਮਿਹਨਤੀ ਕਰ ਰਹੇ ਨੇ, ਗਲਤ ਕੰਮ ਤੇ ਕਰ ਨਹੀਂ ਰਹੇ ਹੈਗੇ, ਨਾ ਨਸ਼ਾ ਵੇਚਣ ਡੇ ਆ, ਨਾ ਇਹ ਲੁੱਟ ਖੋ ਕਰ ਰਹੇ, ਨਾ ਕੋਈ ਕਿਸੇ ਨਾਲ ਗੁੰਡਾ ਕਰਦੀ, ਨਾ ਕੋਈ ਹੋ ਜਿਹਾ ਕੰਮ ਕਰ ਰਹੇ ਆ। ਸਵੇਰੇ ਆਉਂਦੇ ਆ, ਰਕਸ਼ੇ ਤੇ ਆਉਂਦੇ ਆ ਜੀ, ਮਿਹਨਤ ਕਰਦੇ ਆ, ਸਮਾਨ ਲਾਉਂਦੇ ਆ, ਹਰ ਕੰਮ ਕਰਕੇ ਤੁਹਾਡੇ ਸਾਹਮਣੇ ਜਾਂਦੇ, ਉਹਨਾਂ ਨੂੰ ਵੀ ਦੇਖਦਾ, ਲੋਕਾਂ ਨੂੰ ਵੀ ਦੇਖਦਾ ਕਿ ਬਈ ਮਿਹਨਤ ਕਰ ਰਹੇ ਨੇ। ਬਿਲਕੁਲ ਜੀ, ਲੋਕੀ ਬਹੁਤ ਹੁੰਗਾਰਾ ਦੇ ਰਹੇ ਨੇ, ਬਹੁਤ ਪਿਆਰ ਦਿੱਤਾ ਪੰਜਾਬੀਆਂ ਨੇ, ਤੇ ਬਸ ਪਿਆਰ ਘਟਣਾ ਦਿਓ, ਪਿਆਰ ਵਧਾ ਕੇ ਰੱਖੀ, ਪਿਆਰ ਕਰੀ ਜੋ ਤੁਹਾਡੇ ਨਾਲ ਸਾਰੇ ਕਰਕੇ ਜੀ, ਸਾਡਾ ਪਿਆਰ ਐਵੇਂ ਦਾ ਬਣਿਆ ਰਹੂਗਾ, ਕੁਆਲਿਟੀ ਕੁਆਂਟਿਟੀ ਦੀ ਸਾਫ਼ ਸਫਾਈ ਦਾ ਪਿਆਰ ਬਣਿਆ ਰਹੂਗਾ, ਤੇ ਸਾਡੇ ਕੋਲ ਬਸ ਸਾਡਾ ਸਾਥ ਐਵੇਂ ਦਿੰਦੇ ਰਹੋ ਜੀ, ਤੇ ਸਾਡਾ ਘਰ ਬਾਰ ਚੱਲਦਾ ਰਹੇ। ਗੁਰੂ ਦੁਕਾਨ ਖੁਲਵਾ ਦਈਏ ਵੱਡੀ ਸੰਗਤ ਨੂੰ ਕਹਿ ਕੇ, ਬੜੀ ਬਹੁਤ ਰੱਬ ਵਰਗੀ ਰੂਹਾਂ ਵਰਗੀ ਸਾਹਮਣੇ ਵੇਖਦੀ। ਬਿਲਕੁਲ ਜੀ, ਬਿਲਕੁਲ ਜੀ, ਉਹ ਤੇ ਗੁਰੂ ਮਹਾਰਾਜ ਦੀ ਬਸ ਕਿਰਪਾ ਹੈਗੀ ਆ, ਜਦੋਂ ਉਹਦੀ ਕਿਰਪਾ ਸਵੱਲੀ ਹੋ ਗਈ ਆ ਕਿ ਸਿੱਧੀ ਹੋ ਗਈ, ਆਪੇ ਸਾਰਾ ਕੁਝ ਸੰਗਤ ਨੇ ਆਪੇ ਸਾਡਾ ਸਾਰਾ ਕੰਮ ਕੰਮ ਇਹੋ ਹੀ ਰਹੇਗਾ ਫਿਰ ਵੀ। ਕੰਮ ਇਹੀ ਰਹੂਗਾ ਜੀ, ਕੰਮ ਇਹੀ ਕਰਨਾ ਜੀ, ਕੰਮ ਇਹੀ ਰਹਿਣਾ ਬਸ। ਚਸਕਾ ਦੀ ਪਾਤ ਆ ਸ਼ਰਦਾਈ ਦਾ, ਸਾਰਿਆਂ ਨੂੰ ਲੋਕਾਂ ਨੇ ਲੱਭਣਾ ਤੁਹਾਨੂੰ ਕਿ ਕਿੱਥੇ ਜੀ? ਬਿਲਕੁਲ, ਮੈਂ ਕਹਿੰਦਾ ਸੰਗਤ ਬੜੀ ਮਤਲਬ ਪਿਆਰ ਕਰ ਬਖਸ਼ਦੀ ਹੈ, ਮੇਰੇ ਡੇਲੀ ਕਸਟਮਰ ਬਣੇ ਹੋਏ ਨੇ ਕਿ ਜੋ ਪੀਂਦੇ ਨੇ ਮੇਰੇ ਕੋਲ ਹੀ ਆ ਕੇ ਪੀਂਦੇ ਨੇ ਜੀ, ਤੇ ਉਹ ਤੋਂ ਬਾਅਦ ਗੱਲ ਇਹ ਹੈਗੀ ਕਿ ਐਟਮਾਂ ਥੋੜ੍ਹੀ ਅਸੀਂ ਵਧਾਉਣੀਆਂ ਨੇ, ਅਜੇ ਸਿਆਲ ਆ ਰਿਹਾ ਪਰ ਸਾਡੇ ਕੋਲ ਸੈਟਅਪ ਬਹੁਤ ਛੋਟਾ ਹੈਗਾ, ਸੈਟਅਪ ਸਾਡੇ ਕੋਲ ਬਹੁਤ ਛੋਟਾ ਹੈਗਾ ਜੀ, ਬਸ ਮਾਇਆ ਜੋੜ ਰਹੇ ਹਾਂ ਤੇ ਇੱਧਰੋਂ ਮਾਇਆ ਕਰਕੇ ਗ੍ਰੇਡੀ ਦਾ ਸੈਟਅਪ ਲੈ ਕੇ ਆਵਾਂਗੇ। ਜਿਵੇਂ ਕਹਿੰਦਾ ਨਾ ਬੰਦਾ ਹੌਲੀ ਹੌਲੀ ਸਟੈਪ ਪੁੱਟਦਾ, ਅੱਡੇ ਤੋਂ ਰੇੜੀ ਤੇ, ਰੇੜੀ ਤੋਂ ਛੋਟੀ ਦੁਕਾਨ, ਛੋਟੀ ਦੁਕਾਨ ਤੋਂ ਫਿਰ ਆਪਣਾ ਕੋਈ ਢਾਬਾ ਸ਼ੋਰੂਮ ਹੈ ਬੋਲਦਾ। ਹਾਂਜੀ, ਰੈਸਟੋਰੈਂਟ ਮਾਲਕ ਦੀ ਕਿਰਪਾ ਹੈਗੀ ਹੈ। ਬਿਲਕੁਲ, ਪਰਮਾਤਮਾ ਦੇ ਉੱਤੇ ਭਰੋਸਾ ਰੱਖੋ, ਮਿਹਨਤ ਕਰੀ ਜਾਓ ਬਸ, ਜੇਕਰ ਤੁਸੀਂ ਮਿਹਨਤ ਕਰਦੇ ਜੇ ਤਾਂ ਪਰਮਾਤਮਾ ਤੁਹਾਨੂੰ ਰਸਤਾ ਜ਼ਰੂਰ ਵਿਖਾਉਂਦਾ, ਐਸੇ ਐਸੇ ਰਸਤੇ ਤੁਹਾਡੇ ਵਾਸਤੇ ਖੋਲ ਦਿੰਦਾ ਜਿਹੜੇ ਰਸਤੇ ਤੁਸੀਂ ਸੁਪਨਿਆਂ ਦੇ ਵਿੱਚ ਵੀ ਨਹੀਂ ਸੋਚੇ ਹੋਣੇ ਕਿ ਸ਼ਾਇਦ ਇਹ ਵੀ ਸਾਡੇ ਵਾਸਤੇ ਰਸਤੇ ਖੋਲ ਸਕਦੇ ਆ। ਤਾਂ ਜਦੋਂ ਅਸੀਂ ਮਿਹਨਤ ਕਰਦੇ ਹਾਂ, ਨਾਮ ਜਪਦੇ ਹਾਂ, ਵੰਡ ਕੇ ਛਕਦੇ ਹਾਂ, ਤਾਂ ਫਿਰ ਇਸ ਤਰ੍ਹਾਂ ਦਾ ਸੁਭਾਅ ਜ਼ਰੂਰ ਬਣਦਾ। ਕੈਮਰਾਮੈਨ ਮਨੋਜ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।